ਚੰਡੀਗੜ੍ਹ ਦਾ ਬਿਊਟੀਫੁਲ ਸਿਟੀ ਜੇ ਗੱਲ ਕੀਤੀ ਜਾਵੇ ਤਾਂ ਹਰ ਪੰਜਾਬੀ ਦੇ ਲਈ ਚੰਡੀਗੜ੍ਹ ਕੈਨੇਡਾ ਵਰਗਾ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਰਹੀਏ ਕਿਉਂਕਿ ਇੱਥੋਂ ਦੀਆਂ ਸੜਕਾਂ ਇੱਥੋਂ ਦਾ ਮਾਹੌਲ ਇੰਨਾ ਸੋਹਣਾ ਹੈ ਕਿ ਹਰ ਕੋਈ ਇੱਥੋਂ ਪ੍ਰਭਾਵਿਤ ਹੁੰਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਨੂੰ ਬਿਊਟੀਫੁਲ ਸਿਟੀ ਕਿਹਾ ਜਾਂਦਾ ਹੈ ਤੇ ਇੱਥੋਂ ਦੀਆਂ ਸੜਕਾਂ ਨੇ ਜੋ ਉਹ ਵੀ ਬਹੁਤ ਸੋਹਣੀਆਂ ਨੇ ਤੇ ਇੱਥੋਂ ਦੇ ਘਰਾਂ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੇ ਏਰੀਏ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਬੜਾ ਮਨ ਭਾਉਂਦਾ ਏ ਪਰ ਕਿਤੇ ਨਾ ਕਿਤੇ ਜਿੱਥੇ ਮਨ ਭਾਉਂਦਾ ਏ ਉੱਥੇ ਕੁਝ ਅਜਿਹੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ ਤਾਂ ਚੰਡੀਗੜ੍ਹ ਦੀਆਂ ਸੋਹਣੀਆਂ ਸੋਹਣੀਆਂ ਸੜਕਾਂ ਅਤੇ ਚੰਡੀਗੜ੍ਹ ਦੇ ਹਰਿਆਲੀ ਭਰਿਆ ਮੌਸਮ ਦੇ ਨਾਲ ਅੱਜ ਤੁਹਾਨੂੰ ਕੁਝ ਹੋਰ ਚੀਜ਼ਾਂ ਵੀ ਦਿਖਾਵਾਂਗੇ ਜਿਹੜੀਆਂ ਤੁਸੀਂ ਚੰਡੀਗੜ੍ਹ ਦੇ ਬਾਰੇ ਕਦੇ ਸੋਚੀਆਂ ਨਹੀਂ ਹੋਣੀਆਂ। ਇੱਕ ਤੁਹਾਨੂੰ ਤਸਵੀਰਾਂ ਦਿਖਾਈਆਂ ਉਹ ਸ਼ਹਿਰ ਦੀਆਂ, ਉਹ ਸੁਪਨਿਆਂ ਦੇ ਸ਼ਹਿਰ ਦੀਆਂ, ਉਹ ਸੋਹਣੇ ਚੰਡੀਗੜ੍ਹ ਦੀਆਂ ਜਿੱਥੇ ਹਰ ਕੋਈ ਆਉਣਾ ਚਾਹੁੰਦਾ ਹੈ। ਪਰ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਚੰਨ 'ਤੇ ਵੀ ਦਾਗ ਹੁੰਦਾ ਹੈ। ਹੁਣ ਚੰਡੀਗੜ੍ਹ ਦੇ ਦਾਗ ਦੀਆਂ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਚੰਡੀਗੜ੍ਹ ਦੇ ਵਿੱਚ ਵੀ ਇੱਕ ਅਜਿਹਾ ਦਾਗ ਹੈ, ਇੱਕ ਅਜਿਹਾ ਏਰੀਆ ਹੈ ਜਿੱਥੇ ਲੋਕ ਚੰਡੀਗੜ੍ਹ ਦੇ ਵਿੱਚ ਜੰਨਤ ਮੰਨਦੇ ਆ ਚੰਡੀਗੜ੍ਹ ਨੂੰ, ਤਾਂ ਇਸ ਜਗ੍ਹਾ ਦੇ ਉੱਤੇ ਰਹਿਣ ਵਾਲੇ ਲੋਕ ਇਸ ਜਗ੍ਹਾ ਨੂੰ ਨਰਕ ਸਮਝਦੇ ਨੇ। ਤਾਂ ਇਸ ਜਗ੍ਹਾ ਦੇ ਬਾਰੇ ਜਾਣਾਂਗੇ ਤੇ ਲੋਕਾਂ ਦੇ ਹਾਲਾਤਾਂ ਦੇ ਬਾਰੇ ਜਾਣਾਂਗੇ ਤੇ ਕਿ ਚੰਡੀਗੜ੍ਹ ਦੀ ਜੰਨਤ ਵਰਗੀ ਥਾਂ ਤੇ ਕਿਸ ਤਰ੍ਹਾਂ ਲੋਕ ਨਰਕ ਨਾਲੋਂ ਵੀ ਮਾੜੀ ਜ਼ਿੰਦਗੀ ਕੱਟ ਰਹੇ ਨੇ। ਉੱਥੇ ਹੀ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਹਾਲਾਤਾਂ ਦੀ, ਕੁਝ ਲੋਕ ਬਿਮਾਰੀਆਂ ਦੇ ਨਾਲ ਮਰ ਰਹੇ ਨੇ। ਅਸੀਂ 5 ਤੋਂ 10 ਮਿੰਟ ਕਿਸੇ ਅਜਿਹੀ ਜਗ੍ਹਾ ਦੇ ਕੋਲ ਦੀ ਨਹੀਂ ਲੰਘ ਸਕਦੇ ਤੇ ਲੋਕ ਇੱਥੇ 40 ਤੋਂ 50 ਸਾਲਾਂ ਤੋਂ ਇਸ ਜਗ੍ਹਾ ਦੇ ਨੇੜੇ ਰਹਿ ਰਹੇ ਨੇ, ਪਰ ਹਾਲੇ ਵੀ ਹਾਲਾਤ ਉਹੋ ਜਿਹੇ ਹੀ ਨੇ। ਲੋਕਾਂ ਨੂੰ ਓਨੀਆਂ ਹੀ ਪਰੇਸ਼ਾਨੀਆਂ ਦਾ ਹਾਲੇ ਤੱਕ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸ ਤਰ੍ਹਾਂ ਇਹ ਡੰਪਿੰਗ ਗਰਾਊਂਡ ਚੰਡੀਗੜ੍ਹ ਦੇ ਲੋਕਾਂ ਦੇ ਲਈ ਨਰਕ ਬਣ ਚੁੱਕਿਆ ਹੈ। ਆਸਤੇ 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 ਸਾਡੇ ਅੱਖਾਂ ਦੇ ਸਾਹਮਣੇ ਅਸੀਂ ਆਪਣਾ ਫਿਊਚਰ, ਆਪਣਾ ਸਵਾਸਥ ਉਜੜਦਾ ਦੇਖਿਆ ਜਦੋਂ ਇੱਥੇ ਕੂੜੇ ਦੇ ਪਹਾੜ ਲੱਗਣੇ ਸ਼ੁਰੂ ਹੋ ਗਏ। ਇਤਨੀ ਸਮੈਲ ਆਤੀ ਹੈ ਨਾ, ਬਸ ਯਹਾਂ ਰਹਿਣ ਕੋ ਦਿਲ ਨਹੀਂ ਕਰਤਾ। ਸਰਕਾਰ ਦੇ ਵੱਲੋਂ ਕੁਛ ਨਹੀਂ ਕੀਤਾ ਗਿਆ ਹਲੇ ਤੱਕ, ਕੁਛ ਵੀ ਨਹੀਂ ਕਰਿਆ ਅਜੇ ਤੱਕ। ਔਰ ਇਹ ਡੰਪਿੰਗ ਗਰਾਊਂਡ ਦਾ ਸਾਰਾ ਲੀਚੜ ਨਾ ਇੱਥੇ ਘਰਾਂ 'ਚ ਸਾਰਿਆਂ 'ਚ ਚਲੇ ਗਿਆ ਸੀਗਾ। ਮਾਜਰੇ 'ਚ ਡੰਪਿੰਗ ਗਰਾਊਂਡ ਦੇ ਆਸ ਪਾਸ ਲੋਕ ਰਹਿੰਦੇ, ਉਹਨਾਂ ਨੂੰ ਸਕਿਨ ਦੀ ਜ਼ਿਆਦਾ ਪ੍ਰੋਬਲਮ ਹੈ, ਅਸਥਮਾ ਦੀ ਪ੍ਰੋਬਲਮ ਹੈ, ਲੰਗਸ ਦੇ ਵਿੱਚ ਉਹਨਾਂ ਦਾ ਕੈਂਸਰ ਹੈ। ਸੋਰਾ ਜੀ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਇਹ ਸੱਸ ਦੀ ਡੈਥ ਹੋਈ ਹੈ, ਉਹਨਾਂ ਨੂੰ ਇਹਦੇ ਨਾਲ ਪਹਿਲਾਂ ਟੀਵੀ ਬਣਿਆ ਫਿਰ ਕੈਂਸਰ ਬਣਿਆ, ਉਹਨਾਂ ਦੀ ਡੈਥ ਹੋਈ ਹੈ। ਹੁਣ 2 ਸਾਲ ਹੋਏ ਸੀਗੇ ਉਹਨਾਂ ਤੋਂ ਬਾਅਦ, ਮੇਰੇ ਹਸਬੈਂਡ ਸੀਗੇ, 2-3 ਮਹੀਨੇ ਹੋਏ ਜੀ ਉਹਨਾਂ ਦੀ ਡੈਥ ਹੋਈ ਉਹਨਾਂ ਨੂੰ। ਪਹਿਲਾਂ ਕੰਮ ਮੇਰਾ ਇਹੀ ਕਹਿਣਾ ਕਿ ਡੰਪਿੰਗ ਗਰਾਊਂਡ
ਤਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦਾ ਬਿਊਟੀਫੁਲ ਸਿਟੀ ਕਹਿਣ ਵਾਲੇ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਨੇ। ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਡੰਪਿੰਗ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਕੂੜੇ ਦੇ ਪਹਾੜ ਬਣੇ ਹੋਏ ਨੇ, ਅਤੇ ਦੂਜੇ ਪਾਸੇ ਤੁਹਾਨੂੰ ਕੈਮਰਾਮੈਨ ਨੂੰ ਕਹਾਂਗੀ ਕਿ ਘਰਾਂ ਦੀਆਂ ਤਸਵੀਰਾਂ ਦਿਖਾ ਦੇਣ ਕਿ ਸਿਰਫ 10 ਤੋਂ 20 ਕਦਮ ਦੂਰ ਜਿਹੜੇ ਨੇ ਇੱਥੇ ਘਰ ਨੇ, ਅਤੇ ਲੋਕਾਂ ਦੇ ਕੀ ਹਾਲਾਤ ਹੋ ਰਹੇ ਨੇ ਉਹ ਵੀ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕਿ ਕਿਸ ਤਰ੍ਹਾਂ ਇਸ ਜਗ੍ਹਾ ਦੇ ਉੱਤੇ ਰਹਿੰਦੇ ਨੇ, ਕਿਵੇਂ ਇਹਨਾਂ ਚੀਜ਼ਾਂ ਨੂੰ ਮੈਨੇਜ ਕਰਦੇ ਨੇ, ਗੱਲਬਾਤ ਵੀ ਕਰਾਂਗੇ। ਜਿੱਦਾਂ ਸਾਡਾ ਮੌਜੂਦ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਦਿਆਲ ਕ੍ਰਿਸ਼ਨ ਹੈ ਜੀ। ਇੱਥੇ ਹੀ ਰਹਿੰਦੇ ਹੋ? ਮੈਂ ਡੱਡੂ ਮਾਰਾ ਕਲੋਨੀ ਤੋਂ ਰਹਿੰਦਾ ਜੀ। 79 ਦੇ ਵਿੱਚ ਸਾਡੇ ਇੱਥੇ ਅਲਾਟਮੈਂਟ ਹੋਈ ਸੀਗੀ, ਉਦੋਂ ਦੇ ਅਸੀਂ ਇੱਥੇ ਹੀ ਰਹਿ ਰਹੇ ਹਾਂ। ਔਰ ਸਾਡੇ ਘਰਾਂ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਪੂਰੇ ਸ਼ਹਿਰ ਦਾ ਜਿਹੜਾ ਕੂੜਾ ਹੈ ਉਹ ਇਸ ਤਰ੍ਹਾਂ ਸੇ ਇੱਦਾਂ ਗਿਰਾਇਆ ਹੋਇਆ ਵੀ, ਮਤਲਬ ਕਿ ਤੁਸੀਂ ਦੇਖੋ ਵੀ ਕਿੰਨੀਆਂ ਬਿਮਾਰੀਆਂ ਇੱਥੇ, ਕਿੰਨੀ ਬਦਬੂ ਹੈਗੀ। ਇਹ ਲੇਟੈਸਟ ਆ, ਗੱਲ ਕਰੀਏ ਤਾਂ ਸ਼ੁਰੂ ਕਿਵੇਂ ਹੁੰਦਾ ਹੈ, ਕਦੋਂ ਤੋਂ ਇਹ ਇਸੇ ਤਰ੍ਹਾਂ ਢੇਰ ਬਣਿਆ ਹੋਇਆ, ਇਸ ਤੋਂ ਪਹਿਲਾਂ ਇਸ ਢੇਰ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਇੱਥੇ? ਮੈਡਮ, ਅਗਰ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਦੀ ਅਗਰ ਦੱਸਾਂ ਨਾ, ਜਦੋਂ ਸਾਨੂੰ ਅਲਾਟਮੈਂਟ ਹੋਈ ਸੀ 79 ਦੀ ਗੱਲ ਹੈ ਇਹ, ਵੀ ਅਸੀਂ ਇੱਥੇ 79 'ਚ ਇੱਥੇ ਡੱਡੂ ਮਾਜਰੇ ਕਲੋਨੀ ਦੇ ਵਿੱਚ ਆ ਗਏ ਸੀਗੇ। ਤਾਂ ਉਸ ਤੋਂ ਜਦੋਂ ਆਏ ਸੀ ਨਾ, ਉਰੇ ਹਾਲਾਤ ਇੰਨੇ ਅੱਛੇ ਸੀਗੇ, ਬਹੁਤ ਵਧੀਆ ਹਾਲਾਤ ਸੀਗੇ ਵੀ ਅਸੀਂ ਇਹ ਲਾਈਏ ਵੀ ਇੱਥੋਂ ਸਾਰੇ ਉਹ ਸ਼ਿਵਾਲਿਕ ਦੀ ਪਹਾੜੀਆਂ ਤੱਕ ਦਿਖਦੀਆਂ ਸੀਗੀਆਂ, ਇੰਨਾ ਸੋਹਣਾ ਮਾਹੌਲ ਹੁੰਦਾ ਸੀਗਾ, ਵਾਤਾਵਰਨ ਸ਼ੁੱਧ ਸੀਗਾ। ਲੇਕਿਨ ਆਸਤੇ ਆਸਤੇ ਸਾਡੇ ਅੱਖਾਂ ਦੇ ਸਾਹਮਣੇ ਅਸੀਂ ਆਪਣਾ ਫਿਊਚਰ, ਆਪਣਾ ਸਵਾਸਥ ਉਜੜਦਾ ਦੇਖਿਆ, ਜਦੋਂ ਇੱਥੇ ਕੂੜੇ ਦੇ ਪਹਾੜ ਲੱਗਣੇ ਸ਼ੁਰੂ ਹੋ ਗਏ। ਆ ਗਰਮੀਆਂ 'ਚ ਅਲੱਗ ਪ੍ਰੋਬਲਮ ਹੁੰਦੀ ਹੈ, ਸਰਦੀਆਂ 'ਚ ਅਲੱਗ ਪ੍ਰੋਬਲਮ ਹੁੰਦੀ ਹੈ, ਬਰਸਾਤਾਂ ਦੇ ਵਿੱਚ ਅਲੱਗ ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਹੈ। ਪਿੱਛੇ ਬਰਸਾਤ 'ਚ ਆਹੀ ਦੀਵਾਰ ਦਾ ਪੂਰਾ ਹਿੱਸਾ ਗਿਰ ਗਿਆ ਸੀਗਾ, ਔਰ ਇਹ ਡੰਪਿੰਗ ਗਰਾਊਂਡ ਦਾ ਸਾਰਾ ਲੀਚੜ ਨਾ ਇੱਥੇ ਘਰਾਂ 'ਚ ਸਾਰਿਆਂ 'ਚ ਚਲੇ ਗਿਆ ਸੀਗਾ। ਇੰਨੇ ਬੁਰੇ ਹਾਲਾਤ ਹੋ ਗਏ ਸੀਗੇ, ਜਦੋਂ ਅੱਗ ਲੱਗਦੀ ਧੂੰਆਂ ਜਦੋਂ ਘਰਾਂ ਦੇ 'ਚ ਜਾਣਾ ਸ਼ੁਰੂ ਹੋ ਜਾਂਦਾ ਸੀ, ਲੋਕ ਗੁਰਦੁਆਰਿਆਂ 'ਚ ਲੋਕਾਂ ਨੇ ਰਾਤ ਕੱਟੀਆਂ ਉਰੇ, ਮਤਲਬ ਇੰਨੇ ਜ਼ਿਆਦਾ ਸੀ ਇੱਥੇ ਅੱਤਿਆਚਾਰ ਕਾਰਪੋਰੇਸ਼ਨ ਦੁਆਰਾ ਸਾਡੇ ਉੱਤੇ ਜਿਹੜੇ ਕੀਤੇ ਗਏ ਉਹਨਾਂ ਨੂੰ ਅਸੀਂ ਬਰਦਾਸ਼ਤ ਕਰਦੇ ਆਏ ਹਾਂ, ਔਰ ਕਹਿੰਦੇ ਵਾ ਆਏ ਹਾਂ। ਹੁਣ ਕੋਰਟ ਦੇ ਵਿੱਚ ਵੀ ਚੱਲ ਹੀ ਰਹੇ ਹਾਂ, ਗੱਲਾਂ ਹੋ ਰਹੀਆਂ, ਪਰ ਕਿਸੇ ਨੇ ਇਹ ਨਹੀਂ ਦੇਖਿਆ ਵੀ ਇਸ ਕੂੜੇ ਕਰਕੇ ਇੰਨੀਆਂ ਬਿਮਾਰੀਆਂ ਲੱਗਦੀਆਂ। ਸਾਰੇ ਕਹਿੰਦੇ ਕਿ ਕੋਈ ਬਿਮਾਰੀ ਨਹੀਂ ਲੱਗਦੀ, ਜੇ ਕੋਈ ਬਿਮਾਰੀ ਨਹੀਂ ਲੱਗਦੀ ਤਾਂ ਇਹਨੂੰ ਕਿਤੇ ਸਾਈਡ ਦੇ ਵਿੱਚ ਹੋਰ ਵੀ ਜਗ੍ਹਾ 'ਤੇ ਗੇਰੇ ਸਕਦੇ ਸੀਗੇ। VIP ਏਰੀਏ 'ਚ ਵੀ ਬਹੁਤ ਖੁੱਲ੍ਹੀਆਂ ਜਗ੍ਹਾ ਹੈ, ਤੁਸੀਂ ਆਪਣੇ ਆਪਣੇ ਸੈਕਟਰ ਦਾ ਆਪਣੇ ਆਪਣੇ ਸੈਕਟਰਾਂ 'ਚ ਹੀ ਸਾਰਾ ਇਹਨੂੰ ਸੈਗਰੀਗੇਟ ਕਰ ਲੈਂਦੇ ਇੱਕੋ ਹੀ ਜਗ੍ਹਾ। ਚੰਡੀਗੜ੍ਹ ਦੀ ਗੱਲ ਕਰਦੇ ਹਾਂ, ਜਦੋਂ ਕਹਿੰਦੇ ਆ ਲੋਕ ਕਿ ਚੰਡੀਗੜ੍ਹ ਜੰਨਤ ਆ, ਪਰ ਜਿਹੜੇ ਹਾਲਾਤ ਇੱਥੇ ਦੇਖ ਰਹੇ ਹਾਂ ਤਾਂ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਵੀ ਮਾੜੀ ਹੋ ਚੁੱਕੀ। ਬਹੁਤ ਸਹੀ ਕਹਿ ਰਹੇ ਹੋ ਜੀ, ਇਹ ਜੰਨਤ ਨਹੀਂ ਹੈ ਸਾਡੇ ਲਈ। ਸਾਨੂੰ ਪੁੱਛ ਕੇ ਦੇਖੋ ਨਾ, ਤੁਸੀਂ ਡੱਡੂ ਮਾਜਰੇ ਵਿਜਿਟ ਕਰੋ। ਮੈਂ ਤਾਂ ਜਿਹੜੇ ਬਾਹਰੋਂ ਲੋਕ ਆਉਂਦੇ ਉਹਨਾਂ ਨੂੰ ਕਹਿੰਦਾ ਪਹਿਲਾਂ ਡੱਡੂ ਮਾਜਰਾ ਕਲੋਨੀ ਹੈ, ਸੈਕਟਰ 38 ਵੈਸਟ ਦੇ ਨਾਲ ਲੱਗਦੀ ਹੈ, ਦਰਜਨ ਸੈਕਟਰ ਦੇ ਨਾਲ ਹੈ, ਉਹ ਵੀ ਪ੍ਰਭਾਵਿਤ ਹੈ, ਖਾਲੀ ਡੱਡੂ ਮਾਜਰਾ ਨਹੀਂ। ਅਸੀਂ ਨੇੜੇ ਇਸ ਕਰਕੇ ਸਾਡਾ ਨਾਮ ਜ਼ਿਆਦਾ ਲਿਆ ਜਾਂਦਾ, ਇਹਦੇ ਪਿੱਛੇ ਤਨਾਸ ਹੈ, ਇਸੀ ਦੇ ਡੰਪਿੰਗ ਗਰਾਊਂਡ ਦੇ ਪਿੱਛੇ ਤਨਾਸ ਹੈ ਵਸਿਆ ਹੈ, ਔਰ ਨਾਲੇ ਚੰਡੀਗੜ੍ਹ ਦੀ ਪੁਲਿਸ ਕਲੋਨੀ ਵਸੀ ਹੋਈ ਹੈ। ਪੁੱਤਰ ਇੱਕ ਬਿਮਾਰੀ ਲੱਗ ਰਹੀ, ਸ਼ੂਗਰ ਲੇ ਔਰ ਖਰਾਬ ਹੋ ਰਹੀ, ਸਭ ਕਿਡਨੀ ਆ। ਕਦੋਂ ਤੋਂ ਰਹਿ ਰਹੇ ਹੋ? ਅਸੀਂ ਤਾਂ ਕਾਫੀ ਸਾਲ ਸਾਂ ਰਹਿ ਰਹੇ ਇੱਥੇ। ਕਿੰਨੀਆਂ ਕੀ ਪਰੇਸ਼ਾਨੀਆਂ ਆ ਰਹੀ? ਬਹੁਤ ਪਰੇਸ਼ਾਨੀ ਆ ਰਹੀ, ਬੈਠੇ ਜਦ ਕੋਈ ਰਿਸ਼ਤੇਦਾਰ ਨਹੀਂ ਆਤਾ ਹਮਾਰੇ ਘਰ, ਕੋਈ ਨਹੀਂ ਆਤਾ ਰਿਸ਼ਤੇਦਾਰ, ਨਾ ਬੱਚੋ ਕੇ ਰਿਸ਼ਤੇ ਹੋਤੇ ਹੈ। ਹਾਂ, ਜਬ ਵੀ ਆਤਾ ਕਹਿੰਦਾ ਮਾਹੌਲ ਖਰਾਬ ਹੋਇਆ, ਗੰਦਾ ਹੈ, ਕੌਣ ਪਤਾ ਆਏਗਾ ਜੀ। ਹਾਂ, ਪਰ ਮਕਾਨਾਂ ਕੀਮਤ ਨਹੀਂ ਰਹੀ ਕੁਛ ਵੀ। ਸਰਕਾਰਾਂ ਜਦੋਂ ਬਣਦੀਆਂ ਨੇ ਉਦੋਂ ਆਉਂਦੇ ਨੇ ਇੱਥੇ, ਕੀ ਕਹਿੰਦੇ ਨੇ? ਕੁਛ ਨਹੀਂ ਕਹਿੰਦੇ, ਕਹਿੰਦੇ ਹਟਾ ਦੇ। ਕੋਈ ਕਿੰਨੀਆਂ ਸਰਕਾਰਾਂ ਬਣ ਲਿਆ, ਕੋਈ ਜਵਾਬ ਦਿੰਦਾ? ਜਿੱਤ ਕੇ ਪਾਸੇ ਹੋ ਜਾ ਤਾਂ ਆਪਣਾ ਘਰ ਬਣਾ ਲਿੱਤੇ ਉਦੋਂ, ਸਹੀ ਬਤਾਵਾ ਹਮ ਦੋ। ਹਾਂ, ਉਹ ਬੈਠਾ ਇਸ ਮੈਂ ਘੁੱਲਰ ਮੈਂ ਬੈਠੇ, ਉਰੇ ਬੈਠੇ ਤੇ ਬਦਬੂ ਕੇ ਵਿੱਚ ਬੈਠ ਕੇ ਆ ਕੇ ਦੇਖੇ ਤਾਂ। ਹਾਂ, ਉਹ ਦਿਨ ਗਵਰਨਰ ਲਾਇਆ ਤਾਂ ਮੈਂ ਤਾਂ ਕਹਿੰਦੇ ਉਹਨੂੰ ਉੱਥੇ ਬਿਠਾ ਦੇ, ਪਤਾ ਤਾਂ ਹੀ ਲੱਗਦਾ ਪਰੇ ਪਰੇ ਭੱਜ ਗਿਆ। ਫਿਰ ਉਰੇ ਕੋਈ ਆਇਆ ਹੀ ਨਹੀਂ, ਸਾਡੇ ਤਾਂ ਕੁੰਡੀ ਲਗਾ ਦੀ ਦਰਵਾਜ਼ਾ ਹੈਗਾ, ਫਿਰ ਬਾਹਰ ਨਾ ਨਿਕਲੇ, ਪਤਾ ਕਿਆ ਕਰੇ, ਫਿਰ ਕਹਾਂ ਜਾਏ। ਕੋਈ ਹੱਲ ਵੀ ਨਹੀਂ ਕਰਿਆ ਗਿਆ ਇੰਨੇ ਸਮੇਂ ਤੋਂ ਇੱਥੇ ਰਹਿ ਨਹੀਂ ਕਰਿਆ ਕੋਈ ਵੀ। ਜਿਸ ਦਿਨ ਉਹਨਾਂ ਗਵਰਨਰ ਆ ਉਹ ਦਿਨ ਦਵਾਈ ਦੁਈ ਛਿੜਕਦੇ ਭੱਜ ਗਏ, ਉਹ ਤਾਂ ਬਸ ਉਸੇ ਟਾਈਮ
ਕਰੋ ਇਸਕਾ ਕੋਈ ਇੰਤਜ਼ਾਮ ਕਰੇ ਤੋ ਠੀਕ ਸੇ ਮਕਾਨਾ ਕਿਉਂ। ਇਹ ਬੜੀ ਮਾੜੀ ਗੱਲ ਹੈ ਵੀ ਸੰਵਿਧਾਨਿਕ ਦੇ ਜਿਹੜੇ ਵੱਡੇ ਅਹੁਦੇਦਾਰ ਆ ਉਹ ਇੱਥੇ ਆਏ ਵਿਜਿਟ ਕਰਨ ਲਈ ਆਉਣਾ ਸੀ ਉਹਨਾਂ ਨੇ ਜਦ ਦੀਵਾਰ ਜੀ ਇੱਥੇ ਬਣੀ ਹੋਈ ਸੀਗੀ ਅਤੇ ਕੀ ਹੋਇਆ ਕਿ ਜਦੋਂ ਗਵਰਨਰ ਸਾਹਿਬ ਨੇ ਇੱਥੇ ਤਾਂ ਆ ਰਹੇ ਸੀ ਇਹਨਾਂ ਨੇ ਸਾਡੀਆਂ ਕੁੰਡੀਆਂ ਲਾਤੀਆਂ ਅਸੀਂ ਉਹਨਾਂ ਸਾਹਮਣੇ ਨਾ ਨਿਕਲ ਸਕੀਏ। ਤੁਸੀਂ ਦੱਸੋ ਵੀ ਅਸੀਂ ਮਤਲਬ ਕਿ ਇੱਕ ਬੰਦਾ ਮਰ ਰਿਹਾ ਤੁਸੀਂ ਉਹਨੂੰ ਹੋਰ ਮਾਰ ਦਿਉ, ਉਰੇ ਤਾਂ ਬਾਹਰ ਖੜਾ ਹੀ ਨਹੀਂ ਹੋ ਸਕਦੇ, ਤੁਸੀਂ ਸਾਨੂੰ ਅੰਦਰ ਕਹਿ ਰਹੇ ਹੋ, ਅੰਦਰ ਤਾਂ ਹੋਰ ਬੁਰੇ ਹਾਲ ਹੈ ਸਾਡੇ, ਇੰਨਾ ਬੁਰਾ ਹਾਲ ਸੀ ਨਾ ਹੁਣ ਘਰ ਦੇਖ ਲਓ, ਆਹ ਸਾਰੇ ਘਰ ਦੇਖ ਲਓ ਪੂਰੇ ਦੇ ਉੱਤੇ ਇੰਨੀ ਰੌਣਕਾਂ ਹੁੰਦੀਆਂ ਸੀਗੀਆਂ, ਸਾਰੇ ਛੱਡ ਕੇ ਚਲੇ ਗਏ, ਪੂਰਾ ਘਰ ਉਜਾੜ ਲੱਗ ਰਿਹਾ ਹੈਗਾ, ਕੋਈ ਨਾ ਖਰੀਦ ਸਕਦਾ ਨਾ ਇੱਥੇ ਰਹਿ ਸਕਦਾ, ਮਤਲਬ ਬੜੀ ਮਤਲਬ ਔਖਾ ਜੀ ਜ਼ਿੰਦਗੀ ਕੱਟ ਰਿਹਾ। ਕਹਿ ਸਕਦੇ ਆ ਵੀ ਜੇ ਤੁਸੀਂ ਚਾਹੋ ਇੱਥੇ ਮਕਾਨ ਵੇਚਣਾ ਤਾਂ ਤੁਹਾਡਾ ਵਿਕਦਾ ਵੀ ਨਹੀਂ। ਸਾਡੇ ਮਕਾਨ ਹੀ ਵਿਕਦਾ ਮੈਡਮ, ਤੁਸੀਂ ਇਹ ਦੱਸੋ ਇੱਥੋਂ ਵੇਚ ਕੇ ਨਾ ਅਸੀਂ ਮਕਾਨ ਕਿੱਥੇ ਜਾ ਕੇ ਹਰਿਆਣਾ ਪੰਜਾਬ ਦੇ ਵਿੱਚ ਇੱਕ ਛੋਟਾ ਜਿਹਾ ਵੀ ਮਕਾਨ ਨਹੀਂ ਲੈ ਸਕਦੇ। ਇਹ ਦੇਖੋ ਵੀ ਅਸੀਂ ਸਾਰਾ ਕੁਝ ਛੱਡ ਕੇ, ਸਾਡੇ ਕਾਰੋਬਾਰ ਇੱਥੇ ਸਭ ਕੁਝ ਇੱਥੇ ਹੈ, ਅਸੀਂ ਜਾ ਵੀ ਨਹੀਂ ਸਕਦੇ, ਸਾਡੇ ਤਾਂ ਮਜਬੂਰੀ ਇੰਨੀ ਹੋ ਗਈ ਨਾ ਬਈ, ਇੱਕ ਪਾਸੇ ਸਾਡੇ ਖੱਡਾ ਹੈ ਅਤੇ ਇੱਕ ਪਾਸੇ ਖਾਈ ਹੈ, ਅਸੀਂ ਤਾਂ ਇੱਥੇ ਮਰਨ ਜੋਗੇ ਰਹਿ ਗਏ, ਹੋਰ ਕੁਛ ਨਹੀਂ ਹੈ, ਗੌਰਮੈਂਟ ਨੇ ਕੁਛ ਨਹੀਂ, ਮੋਦੀ ਨੇ ਕੁਛ ਸੋਚਣਾ ਚਾਹੀਏ ਨਾ ਲੋਕਾਂ ਕੋ ਕਿਆ ਬਣਿਆ ਫਿਰ ਮੋਦੀ ਆਪਣੇ ਮਨ ਮੈਂ ਹੈ, ਦੇਖੇ ਤੋਂ ਆ ਕੇ ਬਿਠਾਏ ਮੋਦੀ ਨੂੰ ਪਤਾ ਲੱਗੇ ਫਿਰ। ਦਿਆਲ ਜੀ ਦੇਖਿਆ ਜਾਵੇ ਤਾਂ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ, ਜਿਸ ਤਰ੍ਹਾਂ ਤੁਸੀਂ ਖੁਦ ਕਹਿ ਰਹੇ ਹੋ ਸਕਿਨ ਪ੍ਰੋਬਲਮ ਹੋਈ ਜਾਂਦੀ ਆ, ਸਾਹ ਦੀ ਪ੍ਰੋਬਲਮ ਹੋਈ ਜਾਂਦੀ ਆ, ਹਾਲੇ ਦਾ ਕੋਈ ਨਿਕਲ ਨਹੀਂ ਰਿਹਾ, ਕੀ ਲੱਗਦਾ ਕਿ ਕੋਈ ਅੱਗੇ ਹੱਲ ਨਿਕਲੂਗਾ? ਮੈਡਮ ਕੀ ਦੱਸੀਏ ਹੁਣ, ਇਹ ਤਾਂ 400 ਕਰੋੜ ਹਜੇ ਤੱਕ ਖਤਮ ਹੋ ਚੁੱਕੇ ਇਹਨਾਂ ਦੇ, ਸਾਨੂੰ ਸਿਰਫ ਇਹ ਕਹਿ ਕੇ ਵੀ ਕੁਛ ਕੂੜਾ ਖਤਮ ਹੋ ਜਾਏਗਾ ਤੁਹਾਨੂੰ ਨਿਜਾਤ ਮਿਲ ਜਾਏਗੀ, ਪਰ ਰੱਤੀ ਵਾਰ ਵੀ ਸਾਨੂੰ ਕੋਈ ਵੀ ਇਹੋ ਜਿਹਾ ਕਾਰਪੋਰੇਸ਼ਨ ਔਰ ਐਡਮਿਨਿਸਟ੍ਰੇਸ਼ਨ ਵੱਲੋਂ ਜਿੰਨੇ ਵੀ ਪੈਸਾ ਲਗਾਇਆ ਗਿਆ ਉਹਦੇ ਨਾਲ ਸਾਨੂੰ ਕੋਈ ਰਾਹਤ ਨਹੀਂ ਮਿਲੀ ਹੈ। ਇੱਕ ਕੂੜੇ ਦਾ ਪਹਾੜ ਖਤਮ ਕੀਤਾ, ਦੂਸਰਾ ਲੱਗਿਆ, ਦੂਸਰੇ ਨੂੰ ਖਤਮ ਕੀਤਾ, ਤੀਸਰਾ ਫਿਰ ਤਿਆਰ ਹੋ ਗਿਆ, ਅਗਰ ਇਸੀ ਤਰ੍ਹਾਂ ਖੇਲ ਚੱਲਦਾ ਰਹੇਗਾ ਸਾਨੂੰ ਕਦੋਂ ਨਿਜਾਤ ਮਿਲੂਗੀ? ਹੈ ਨਾ, 33 ਕਰੋੜ ਇੱਕ ਕਚਰੇ ਨੂੰ ਹਟਾਉਣ 'ਤੇ ਲਗਾਇਆ, 66 ਕਰੋੜ ਰੁਪਏ ਦੂਸਰਾ ਲਗੇਸੀ ਵੇਸਟ, ਪਹਿਲਾਂ 33 ਕਰੋੜ, ਫਿਰ ਉਸ ਤੋਂ ਬਾਅਦ ਇੱਕ ਦੂਸਰਾ ਕਚਰਾ ਸੀਗਾ ਉਹ 66 ਕਰੋੜ ਰੁਪਈਆ। ਹੁਣ ਇਹਨਾਂ ਨੇ ਕਾਰਪੋਰੇਸ਼ਨ 'ਚ ਮੰਗਿਆ ਵੀ ਸਾਨੂੰ 400 ਕਰੋੜ ਚਾਹੀਦਾ ਹੈ ਇਹਨੂੰ ਸਾਰੇ ਕਚਰੇ ਨੂੰ ਖਤਮ ਕਰਨ ਲਈ। ਇਹ ਜਿਹੜਾ ਖੇਲ ਹੈ ਸਾਨੂੰ ਸਮਝ ਨਹੀਂ ਆਉਂਦਾ ਵੀ ਕਦ ਤੱਕ ਚੱਲੇਗਾ, ਵੀ ਪੈਸੇ ਦੀ ਕਮਾਈ ਕਰ ਰਹੇ ਹੋ ਤੁਸੀਂ, ਕੀ ਕਰ ਰਹੇ ਹੋ? ਸਾਨੂੰ ਤਾਂ ਕੋਈ ਨਿਜਾਤ ਮਿਲੀ ਨਹੀਂ ਹੈ, ਤੁਸੀਂ ਦੇਖ ਲਓ ਘਰ ਘਰ ਦੇਖ ਲਓ, ਬਿਮਾਰ ਪਏ ਨੇ ਸਾਰੇ, ਬਹੁਤ ਜ਼ਿਆਦਾ ਪ੍ਰੋਬਲਮ ਹੋਤੀ ਹੈ, ਰਾਤ ਨੇ ਤਾਂ ਬਹੁਤ ਜ਼ਿਆਦਾ ਧੂੰਆਂ ਹੋਤੀ ਹੈ ਨਾ, ਬਦਬੋ ਹੋਤੀ ਹੈ, ਔਰ ਹਾਂ ਮੇਰੇ ਤੋਂ ਆਪ ਖਾਂਸੀ ਹੋ ਰਹੀ, ਉਹ ਧੂੰਆਂ ਰਾਤ ਨੇ ਇਤਨੀ ਬਦਬੋ ਆਤੀ ਹੈ, ਇਸ ਮਤ ਖੱਤਾ ਪਰਤੇ ਬਹੁਤ ਜ਼ਿਆਦਾ। ਸਰ ਇਹ ਇੰਨੇ ਲੰਬੇ ਲੰਬੇ ਢੇਰ ਲੱਗੇ ਹੋਏ ਨੇ, ਉਹਦੇ ਨਾਲ ਕੋਈ ਘਰਾਂ ਦੀਆਂ ਦੀਵਾਰਾਂ ਦੇ ਵਿੱਚ ਵੀ ਫਰਕ ਪੈਂਦਾ ਹੈ, ਜਾਂ ਫਿਰ ਕੋਈ ਨੀਚੇ ਤੇੜ ਵਗੈਰਾ ਆਉਂਦੀ ਹੋਵੇ, ਜਾਂ ਘਰ ਦੇ ਡਿੱਗਣ ਦਾ ਵੀ ਖਤਰਾ ਹੁੰਦਾ ਹੈ ਜਦੋਂ ਬਾਰਿਸ਼ਾਂ ਆਉਂਦੀਆਂ ਨੇ, ਇੱਦਾਂ ਦੀ ਕੋਈ ਪਰੇਸ਼ਾਨੀ ਆਉਂਦੀ? ਇੱਦਾਂ ਨਹੀਂ ਮੈਡਮ, ਪਰ ਇਹ ਹੈ ਵੀ ਜਿਹੜਾ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਨਾ ਉਹ ਜ਼ਹਿਰੀਲਾ ਹੋ ਗਿਆ, ਇੱਥੇ ਦਾ ਜਿਹੜਾ ਵਾਤਾਵਰਨ ਹੈ ਉਹ ਤਾਂ ਜ਼ਹਿਰੀਲਾ ਹੈ ਹੀ ਹੈ, ਮਤਲਬ ਕਿ ਉੱਚ ਸਾਹ ਲੈਣਾ ਔਖਾ ਹੈ, ਲੇਕਿਨ ਸਾਡਾ ਜਿਹੜਾ ਗਰਾਊਂਡ ਵਾਟਰ ਹੈ ਨਾ ਉਹ ਵੀ ਦੂਸ਼ਿਤ ਹੋ ਗਿਆ ਸੀ, ਅਸੀਂ ਗਰਾਊਂਡ ਵਾਟਰ ਅਤੇ ਹੈਡ ਪੰਪ ਨਹੀਂ ਯੂਜ਼ ਕਰ ਸਕਦੇ ਨਾ, ਇੱਥੇ ਅਲਾਊ ਵੀ ਨਹੀਂ ਹੈ ਵੈਸੇ ਤਾਂ, ਪਰ ਇੱਕ ਦੋ ਮਾਰਕੀਟ 'ਚ ਉਹਨਾਂ ਦੇ ਸੈਂਪਲ ਵੀ ਲਿੱਤੇ ਗਏ, ਮੰਦਰ 'ਚ ਹੈ ਜਿੱਦਾਂ ਉਹਨਾਂ ਦੇ ਸੈਂਪਲ ਲਿੱਤੇ ਗਏ, ਨੈਗੇਟਿਵ ਸੈਂਪਲ ਆਏ ਉਹਨਾਂ ਦੇ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਰਿਹਾ ਪਰੇਸ਼ਾਨੀ, ਲਗਾਤਾਰ ਲੋਕ ਵੀ ਬਿਮਾਰ ਹੋ ਰਹੇ ਨੇ, ਤਾਂ ਕਿਤੇ ਨਾ ਕਿਤੇ ਡਰ ਵੀ ਨਹੀਂ ਲੱਗਦਾ ਜਦੋਂ ਇੱਥੇ ਕਿਸੇ ਦੀ ਮੌਤ ਹੋ ਜਾਵੇ? ਕੋਈ ਨਾ, ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਪਰੇਸ਼ਾਨੀ। ਅਸੀਂ ਤਾਂ ਇਹੀ ਕਹਿ ਰਹੇ ਵੀ ਸਾਫ਼ ਸੁਥਰਾ ਰੱਖੋ, ਸਾਫ਼ ਸੁਥਰਾ ਹੋਣਾ ਚਾਹੀਦਾ, ਇਹੀ। ਚੰਡੀਗੜ੍ਹ ਨੂੰ ਇੰਨਾ ਸੋਹਣਾ ਸ਼ਹਿਰ ਕਹਿੰਦੇ, ਤੁਹਾਨੂੰ ਇੰਨੀ ਪਰੇਸ਼ਾਨੀ ਆਉਂਦੀ ਹੈ ਸਾਰਾ ਦਿਨ ਸਮੈਲ? ਬੇਟੇ ਬਥੇਰੇ ਜਾ ਕੇ ਨਾਰੇ ਲਾ ਕੇ ਆਏ, ਕੁਛ ਨਹੀਂ ਕਰਿਆ ਉਹਨਾਂ ਨੇ ਕੁਛ ਵੀ, ਹਾਂ ਨਾਰੇ ਵੀ ਲਾ ਕੇ ਆਏ ਸੀ ਉੱਥੇ, ਜਲੂਸ ਵੀ ਕੱਢਿਆ, ਕੁਛ ਨਹੀਂ ਕਰਦੇ, ਗੌਰਮੈਂਟ ਤਾਂ ਕੁਛ ਨਹੀਂ ਕਰ ਰਹੀ, ਬਸ ਆਪਣਾ ਘਰ ਬਣਾ ਰਹੀ ਹੈ। ਬਹੁਤ ਜ਼ਿਆਦਾ ਚਮੜੀ ਕਾ ਬਹੁਤ ਜ਼ਿਆਦਾ ਹੈ,
ਚਮੜੀ ਕਾ ਤਾਂ ਬਹੁਤ ਜ਼ਿਆਦਾ ਦੁੱਖ ਹੈ। ਹਰ ਬੱਚੇ ਕੋ ਆਖੋ ਪੇ ਕੁਛ ਵੀ ਚਮੜੀ ਕਾ ਬਹੁਤ ਰੋਗ ਹੈ। ਮਤਲਬ ਬੱਚਿਆਂ ਨੂੰ ਵੀ ਹੋਣ ਲੱਗ ਗਿਆ? ਬੱਚਿਆਂ ਨੂੰ ਵੀ ਹੁੰਦਾ, ਬੱਚਿਆਂ ਨੂੰ ਹੁੰਦਾ। ਗੱਲ ਕਰੀ ਜਾਵੇ ਤਾਂ ਇੱਥੇ ਹੁਣ ਮੌਤਾਂ ਵੀ ਹੋ ਰਹੀਆਂ, ਬਿਮਾਰੀਆਂ ਵੀ ਲੱਗ ਰਹੀਆਂ, ਕਿਤੇ ਨਾ ਕਿਤੇ ਡਰ ਵੀ ਲੱਗਣ ਲੱਗ ਗਿਆ ਇੱਥੇ। ਡਰ ਤਾਂ ਨਹੀਂ ਲੱਗਦਾ, ਪਰ ਕਿਆ ਕਰੀਏ, ਡਰਨਾ ਪੈਂਦਾ। ਹੁਣ ਬਿਮਾਰੀ ਆਣ ਗਿਆ ਤਾਂ ਦੁਖੀ ਕੀਤਾ ਹੋਇਆ। ਕੈਂਸਰ ਬਹੁਤ ਜ਼ਿਆਦਾ, ਬਹੁਤ ਲੋਕ ਬਿਮਾਰ ਨੇ ਇੱਥੇ ਖੱਤੇ ਦੇ ਕਾਰਨ, ਬਹੁਤ ਲੋਕ ਬਿਮਾਰ ਹੈਗੇ ਇੱਥੇ। ਇਤਨੀ ਬਦਬੋ ਹਰ ਟਾਈਮ, ਪਾਣੀ ਗਲੀਆਂ ਤੱਕ ਚ ਆ ਰਿਹਾ ਪਾਣੀ ਖੱਤੇ ਦਾ ਨਿਕਲ ਨਿਕਲ ਕੇ। ਜਦੋਂ ਬਾਰਿਸ਼ ਆਉਂਦੀ ਉਦੋਂ ਕਿੰਨੀ ਕੁ ਪਰੇਸ਼ਾਨੀ, ਪਾਣੀ ਕਿੱਥੇ ਤੁਸੀਂ ਲੰਘ ਨਹੀਂ ਸਕਦੇ, ਗੰਦਾ ਪਾਣੀ ਹੁੰਦਾ ਨੀਰਾ। ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਇਹ ਕਿੱਥੇ, ਇਹ ਤਾਂ ਪਿੰਡ ਤੋਂ ਵੀ ਮਾੜਾ ਹੈਗਾ ਕਿ ਚੰਡੀਗੜ੍ਹ ਹੈ। 40 ਸਾਲ ਹੋ ਗਏ ਦੇਖ ਲਓ। ਹਾਂਜੀ, ਕੀ ਪਰੇਸ਼ਾਨੀ ਹੋ ਗਈ ਤੁਹਾਡੇ ਪੈਰਾਂ? ਖਾਰਿਸ਼ ਹੋਏ ਹੈ ਜ਼ਿਆਦਾ, ਇਹ ਪਤਾ ਨਹੀਂ ਇਹ ਗੰਦ ਕਰਕੇ ਹੈ। ਇਹ ਕੌਏ ਹੋਤੇ ਹੈ, ਚੀਲੇ ਹੋਤੇ ਹੈ, ਲਾ ਲਾ ਕੇ ਗੇਰਤੇ ਹੈ ਮਾਸ। ਇਤਨਾ ਪਰੇਸ਼ਾਨ ਹੈ, ਬਹੁਤ ਜ਼ਿਆਦਾ ਪਰੇਸ਼ਾਨੀ ਹੈ ਹਮਾਰੇ। ਉਹਦੀ ਸਮੈਲ ਦੇ ਨਾਲ ਬੱਚੇ ਵੀ ਹੁਣ ਬਿਮਾਰ ਹੋ ਰਹੇ ਆ? ਬਿਮਾਰ ਹੋ ਗਏ ਬਹੁਤ ਜ਼ਿਆਦਾ, ਹਮਾਰੇ ਤਾਂ ਸਾਰੇ ਪੜੇ ਆ ਬਿਮਾਰ। ਪਤਾ ਕਿਤਨਾ ਗੰਦ ਗੇਰ ਰੱਖਿਆ ਇਸਕੀ ਵਜ੍ਹਾ ਸੇ ਨਾ। ਮੌਸਮ ਬਦਲਦਾ ਉਹਦੇ ਨਾਲ ਵੀ ਪਰੇਸ਼ਾਨੀਆਂ ਆਉਂਦੀਆਂ। ਹਾਂਜੀ, ਮੌਸਮ ਬਾਰਿਸ਼ ਹੋਏਗੀ ਤਾਂ ਹੋਰ ਵੀ ਜ਼ਿਆਦਾ, ਬਿਨਾਂ ਬਾਰਿਸ਼ ਕੇ ਵੀ ਬਹੁਤ ਜ਼ਿਆਦਾ ਗੰਦ। ਇਤਨੀ ਸਮੈਲ ਆਤੀ ਹੈ ਨਾ, ਬਸ ਯਹਾਂ ਰਹਿਣ ਕੋ ਦਿਲ ਨਹੀਂ ਕਰਤਾ। ਸਰਕਾਰ ਦੇ ਵੱਲੋਂ ਕੁਛ ਨਹੀਂ ਕੀਤਾ ਗਿਆ ਹਲੇ ਤੱਕ? ਕੁਛ ਵੀ ਨਹੀਂ ਕਰਿਆ ਅਜੇ ਤੋਂ। ਕਹਿ ਦੇ ਜੀ ਉਠਾਏਗੇ ਇਸਕੋ ਉਠਾਏਗੇ, ਕੁਛ ਵੀ ਨਹੀਂ ਕਰਤੇ। ਮਤਲਬ 40 ਸਾਲ ਦੇ ਵਿੱਚ ਹਜੇ ਤੱਕ ਉਠਾਇਆ ਨਹੀਂ? ਕੁਛ ਵੀ ਨਹੀਂ ਕਰਿਆ। ਨਹੀਂ ਜੀ, ਉਸ ਮੇਰੇ ਜਦੋਂ ਮੇਰੀ ਮੈਰਿਜ ਹੋਈ ਸੀ ਉਸ ਤੋਂ ਤਾਂ ਇੱਕ ਖਾਲੀ ਗਰਾਊਂਡ ਹੀ ਸੀਗਾ ਜੀ, ਮੇਰੇ 2 ਬੱਚੇ ਉਸ ਤੋਂ ਬਾਅਦ ਇਹ ਗਰਾਊਂਡ ਭਰਨ ਲੱਗਿਆ ਵੀ, ਸਿੱਟਣ ਲੱਗੇ ਸੀ ਗੰਦ। ਕਿੰਨੀਆਂ ਕੁ ਪਰੇਸ਼ਾਨੀਆਂ ਆ ਰਹੀਆਂ ਨੇ ਇਹਦੇ ਨਾਲ? ਪਰੇਸ਼ਾਨੀ ਬਹੁਤ ਹੈ ਜੀ, ਦੇਖੋ ਗੰਦਗੀ ਸਾਰੇ ਇੰਡੀਆ, ਮਤਲਬ ਕਿ ਸ਼ਿਮਲੇ ਤੋਂ ਵੀ ਗੰਦ ਆਉਂਦਾ, ਸਾਰਾ PGI ਦਾ, ਸਾਰਾ ਚੰਡੀਗੜ੍ਹ ਦਾ, ਪੰਜਾਬ ਦਾ ਸਾਰਾ ਗੰਦ ਇੱਥੇ ਆਉਂਦਾ ਜੀ। ਮਤਲਬ ਕਿ ਬਿਮਾਰੀਆਂ ਬਹੁਤ, ਗੰਦ ਸਾਰਾ ਜੀ, ਹੋਸਪਿਟਲਾਂ ਦਾ ਗੰਦ ਹੈ ਅਤੇ ਆਪਣਾ ਸਾਰੇ ਜਾਨਵਰਾਂ ਦਾ ਗੰਦ ਹੈ, ਸਾਰਾ ਗੰਦ ਹੀ ਹੈ ਜੀ। ਹੋਰ ਕੀ ਹੈ ਇੱਥੇ, ਸਾਰਾ ਗੰਦ ਹੀ ਪ੍ਰੋਬਲਮ ਸਾਰਿਆਂ ਨੂੰ ਹੀ ਇੱਥੇ। ਸਾਡਾ ਘਰ ਸਾਹਮਣੇ ਪੈਂਦਾ, ਸਾਨੂੰ ਬਹੁਤ ਪ੍ਰੋਬਲਮ। ਮੇਰੇ ਪਹਿਲੇ ਦਾ ਸੂਰਜ ਦੀ ਡੈਥ ਹੋਈ ਹੈ, ਸੂਰਜ ਦੀ ਡੈਥ ਹੋਈ ਹੈ, ਉਸ ਤੋਂ ਬਾਅਦ ਸੱਸ ਦੀ ਡੈਥ ਹੋਈ ਹੈ, ਉਹਨਾਂ ਨੂੰ ਇਹਦੇ ਨਾਲ ਪਹਿਲਾਂ TB ਬਣਿਆ, ਫਿਰ ਕੈਂਸਰ ਬਣਿਆ, ਉਹਨਾਂ ਦੀ ਡੈਥ ਹੋਈ ਹੈ। ਹੁਣ 2 ਸਾਲ ਹੋਏ ਸੀਗੇ ਉਹਨਾਂ ਤੋਂ ਬਾਅਦ, ਮੇਰੇ ਹਸਬੈਂਡ ਸੀਗੇ 2-3 ਮਹੀਨੇ ਹੋਏ ਜੀ ਉਹਨਾਂ ਦੀ ਡੈਥ ਹੋਈ, ਉਹਨਾਂ ਨੂੰ ਪਹਿਲਾਂ TB ਹੋਈ ਗੰਦ ਕਰਕੇ, ਉਹਨਾਂ ਦੇ TB ਹੋਈ, TB ਉਸ ਤੋਂ ਬਾਅਦ ਫਿਰ ਗਿਲਟੀ ਜੀ ਬਣ ਗਈ ਉਹਨਾਂ ਨੇ, TB ਦੇ ਬਾਅਦ ਕੈਂਸਰ ਬਣ ਗਿਆ ਜੀ। ਜ਼ਿਆਦਾ ਮਾੜੇ ਹਾਲਾਤ ਹੋ ਰਹੇ ਨੇ ਕਿ ਪਰਿਵਾਰ ਵੀ ਨਹੀਂ ਉਹਦੇ ਕਰਕੇ ਰਹਿ ਸਕੇ। ਮੇਰੇ ਬੇਟਾ ਵੀ ਵੱਡਾ, ਫਿਰ ਉਸ ਤੋਂ ਬਾਅਦ ਥੋੜ੍ਹਾ ਵੱਡਾ ਬੇਟਾ ਬਿਮਾਰ ਹੋਏ ਤਾਂ ਪਾਪਾ ਉਹ ਵੀ ਬਿਮਾਰ ਹੈ, ਥੋੜ੍ਹੀ ਪ੍ਰੋਬਲਮ ਇੱਦਾਂ ਦੀ ਹੋ ਗਈ ਜੀ, ਸਾਹ ਦੀ ਗੰਦਗੀ ਨਾਲ, ਜਿਵੇਂ ਮੀਂਹ ਪੈਂਦਾ ਗੰਦਾ ਪਾਣੀ ਆਉਂਦਾ, ਗੰਦੀ ਸਮੈਲ ਆਉਂਦੀ ਹੈ, ਬਹੁਤ ਬੁਰਾ ਹਾਲ ਹੈ ਜੀ। ਹੁਣ ਮੈਂ ਵੀ ਮਰੀਜ਼ ਹੀ ਹਾਂ ਜੀ, ਮੈਨੂੰ BP ਦੀ ਪ੍ਰੋਬਲਮ ਹੈ, ਮੇਰੇ ਅੰਦਰ ਕਿਤੇ ਕੀ ਪ੍ਰੋਬਲਮ ਹੈ, PG ਦਾ ਰਾਜ ਮੇਰਾ ਚੱਲਦਾ ਪਿਆ, ਅਤੇ ਮੈਨੂੰ ਨਹੀਂ ਪਤਾ ਕਿ ਮੈਂ ਵੀ ਕਿੰਨਾ ਕੁ ਸਮਾਂ ਕੱਢਾਂਗੀ ਨਹੀਂ ਕੱਢਾਂਗੀ, ਮੈਨੂੰ ਕੋਈ ਪਤਾ ਨਹੀਂ ਜੀ। ਹਾਂਜੀ, ਗੰਦਗੀ ਨੇ ਮੇਰਾ ਪਰਿਵਾਰ ਸਾਰਾ ਕਰ ਦਿੱਤਾ ਜੀ, ਬਸ ਕੁਛ ਕਹਿ ਨਹੀਂ ਸਕਦੇ। ਹੁਣ ਇਹ ਕਿ ਸਾਨੂੰ ਅਪੀਲ ਹੈ ਕਿ ਗੰਦ ਜਲਦੀ ਜਲਦੀ ਚੱਕਿਆ ਜਾਵੇ, ਇੱਥੇ ਅੱਛਾ ਜਿਹਾ ਗਰਾਊਂਡ, ਵਧੀਆ ਜਿਹੀ ਚੀਜ਼ ਬਣੀ ਜਾਵੇ, ਜਿਹੜੀ ਅੱਗੇ ਆਉਣ ਵਾਲੇ ਬੱਚਿਆਂ ਦੀ ਲਾਈਫ। ਹਾਂਜੀ ਹਾਂਜੀ ਹਾਂਜੀ, ਆਹ ਮੇਰਾ ਪੋਤਾ ਇਹਦੀ ਅੱਗੇ ਇਹਨਾਂ ਦੀ ਬੱਚੇ ਦੀ ਲਾਈਫ ਅੱਛੀ ਹੋਵੇ ਅੱਗੇ, ਬਸ ਇਹੀ ਹੈ ਜੀ। ਬਹੁਤ ਜ਼ਿਆਦਾ ਮਾੜੀ ਹਾਲਾਤ ਸਾਡੇ ਘਰ ਲਈ ਤਾਂ ਜ਼ਿਆਦਾ, ਬਹੁਤ ਜ਼ਿਆਦਾ ਹਾਲਾਤ ਹੈ ਕਿਉਂਕਿ ਸਾਡਾ ਘਰ ਦਾ ਸਾਰੇ ਸਾਹਮਣੇ ਹੈ। ਡੈਥ ਮੇਰੀ 3 ਡੈਥਾਂ ਹੋ ਚੁੱਕੀਆਂ ਜੀ, ਦੇਖੋ। ਹਾਂਜੀ, ਘਰ ਜੀ ਸਾਰਾ ਘਰ ਖਾਲੀ ਹੈ ਜੀ, ਬਸ ਮੇਰੇ ਹਸਬੈਂਡ ਦਾ। ਹਾਂਜੀ, ਉਹਨਾਂ ਤੋਂ ਕੁਛ ਪ੍ਰੋਬਲਮ ਹੀ ਨਹੀਂ ਸੀਗੀ, ਮਿੰਟਾਂ 'ਚ ਪਤਾ ਨਹੀਂ ਕਿੱਥੋਂ ਹੋਈ ਕਿੱਥੋਂ ਜਾ ਗਈ, ਇਹ ਸਮਝ ਨਹੀਂ ਲੱਗੀ। ਸਿਰਫ ਇੱਕ ਗੰਦਗੀ ਨੇ ਸਾਰਾ ਘਰ ਖਾਲੀ ਕਰ, ਗੰਦਗੀ ਨੇ ਘਰ ਖਰਾਬ ਕੀਤਾ ਹੋਇਆ ਜੀ ਬਹੁਤ ਜ਼ਿਆਦਾ। ਬਾਕੀ ਇੱਦਾਂ ਦਾ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਨੂੰ, ਕੋਈ TV ਨਹੀਂ ਦੇਖੀ ਸਕਦਾ, ਚੁਣੀ ਨਹੀਂ ਸੀ ਵੀ ਇੰਨੇ, ਜਦੋਂ ਪਹਿਲਾਂ ਰਹਿੰਦੇ ਸੀਗੇ ਜਦੋਂ ਗੰਦ ਨਹੀਂ ਸਿੱਟਦੇ ਸੀ ਨਾ, ਸਹੀ ਸੀਗਾ ਮਾਹੌਲ, ਬੜਾ ਵਧੀਆ ਸੀਗਾ। ਇਸ ਤੋਂ ਬਾਅਦ ਹੀ ਸਾਰਾ ਕੰਮ ਹੋਇਆ।
ਤਾਂ ਤੁਹਾਨੂੰ ਹਾਲਾਤ ਦਿਖਾਏ ਨੇ ਡੱਡੂ ਮਾਜਰਾ ਦੇ ਲੋਕਾਂ ਦੇ ਕਿ ਕਿਸ ਤਰ੍ਹਾਂ ਉਹ ਰਹਿ ਰਹੇ ਨੇ, ਕਿੰਨੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ। ਇਹੀ ਮਾਮਲਾ ਜਿਹੜਾ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਹੈ, ਤਾਂ ਹੁਣ ਦੇਖਦੇ ਹਾਂ ਕਿ ਕਾਨੂੰਨੀ ਤੌਰ 'ਤੇ ਇਹ ਮਾਮਲੇ ਦਾ ਕੀ ਪੱਖ ਹੈ। ਸਾਡੇ ਨਾਲ ਐਡਵੋਕੇਟ ਅਮਿਤ ਸ਼ਰਮਾ ਜੀ ਮੌਜੂਦ ਨੇ ਜੋ ਇਹ ਪੂਰਾ ਕੇਸ ਦੇਖ ਰਹੇ, ਗੱਲਬਾਤ ਕਰਦੇ ਹਾਂ। ਸਰ, ਪਟੀਸ਼ਨ ਦਾਇਰ ਕੀਤੀ ਗਈ ਹੈ, ਕੀ ਪੂਰਾ ਮਾਮਲਾ ਹੈ ਅਤੇ ਕਿਸ ਤਰ੍ਹਾਂ ਦੇ ਜਿਹੜਾ ਕੋਰਟ ਦੇ ਵਿੱਚ ਹੁਣ ਸੁਣਵਾਈ ਹੋ ਰਹੀ ਹੈ? ਜਿਹੜੀ ਲਾਸਟ ਸੁਣਵਾਈ ਹੋਈ ਹੈ ਜੀ, ਉਹਦੇ ਅੰਦਰ ਇਹਨਾਂ ਨੇ ਆਪਣੇ ਪ੍ਰੋਜੈਕਟ ਰਿਪੋਰਟ ਦਿੱਤੀ ਸੀਗੀ, ਜਿੱਥੇ ਤੁਹਾਨੂੰ ਕਿਹਾ ਸੀਗਾ ਕਿ ਅਗਲੇ ਥੋੜ੍ਹੇ ਸਾਲਾਂ ਦੇ ਅੰਦਰ ਇਹ ਕਚਰਾ ਸਾਫ਼ ਕਰ ਦੇਣਗੇ। ਜਿਹੜੀ ਉਹ ਪ੍ਰੋਜੈਕਟ ਰਿਪੋਰਟ ਜਮ੍ਹਾਂ ਕਰਾਈ, ਉਹ ਇਹਨਾਂ ਨੇ 400 ਕਰੋੜ ਦੇ ਉੱਤੇ ਦੇ ਪ੍ਰੋਜੈਕਟ ਰਿਪੋਰਟ ਹੈ, ਸਾਨੂੰ ਕਾਪੀ ਨਹੀਂ ਦਿੱਤੀ ਗਈ ਸੀ। ਇਹਨਾਂ ਨੇ ਕਿਹਾ ਸੀ ਔਨਲਾਈਨ ਕੱਢ ਲਓ, ਔਨਲਾਈਨ ਲੱਭੀ ਨਹੀਂ ਅਸੀਂ ਸਰਟੀਫਾਈਡ ਕਾਪੀ ਫਾਈਲ ਕੀਤੀ। ਉਸ ਕਾਪੀ ਦੇ ਅੰਦਰ ਇਹਨਾਂ ਨੇ 150 ਤੋਂ ਉੱਤੇ ਫਾਈਨੈਂਸ਼ੀਅਲ ਪ੍ਰੋਜੈਕਸ਼ਨ ਕੱਟ ਕੇ ਪਾਈਆਂ ਹੋਈਆਂ ਸੀਗੀਆਂ। ਅਸੀਂ ਕੋਰਟ ਨੂੰ ਉਹ ਦੱਸਿਆ ਅਤੇ ਹਜੇ ਕੋਰਟ ਆਨਰੇਬਲ ਕੋਰਟ ਨੇ ਸਾਨੂੰ ਕਿਹਾ ਕਿ ਤੁਸੀਂ ਜੋ ਆਪਣੇ ਜਿਹੜੇ ਸਲਿਊਸ਼ਨਸ ਹੈ ਉਹ ਲੈ ਕੇ ਆਓ। ਇੰਪੋਰਟੈਂਟ ਇਹ ਹੈ ਜੀ ਕਿ ਸਾਨੂੰ ਇਹਦੇ ਲਈ ਪਿੱਛੇ ਜਾਣਾ ਜ਼ਰੂਰੀ ਹੈ, ਕਿਹਾ ਕਿ ਸਾਨੂੰ ਸਮਝ ਆ ਜਾਏ ਕਿ ਕਹਾਣੀ ਉਰੇ ਜਿੱਥੇ ਪਹੁੰਚੀ ਹੈ। ਜਿਵੇਂ ਕਹਿੰਦੇ ਨਾ ਫਲੈਸ਼ਬੈਕ, ਉਹ ਕੀ ਹੈ ਫਲੈਸ਼ਬੈਕ? ਇਹ ਹੈ ਕਿ 2005 ਉੱਥੇ ਜਦੋਂ ਕਚਰੇ ਦਾ ਪਾਰਟ ਬਣ ਗਿਆ ਸੀਗਾ, ਇੱਕ ਕੰਪਨੀ ਨਾਲ ਸਰਕਾਰ ਕੋਪਰੇਸ਼ਨ ਨੇ ਟਾਈਅਪ ਕਰਿਆ। ਸਰਕਾਰ ਨੇ ਬੜਾ ਸੋਹਣਾ ਇਹਨਾਂ ਨੂੰ ਸਿਸਟਮ ਦਿੱਤਾ ਸੀਗਾ ਕਿ ਜੀ ਤੁਸੀਂ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜਿਵੇਂ ਵੀ ਕਰਕੇ ਤੁਸੀਂ ਇਲਾਜ ਪ੍ਰੋਜੈਕਟ ਨੂੰ ਕਲੀਅਰ ਕਰਾਓ। ਪ੍ਰਸ਼ਾਸਨ ਨੇ ਕੀ ਕਰਿਆ, ਚੰਡੀਗੜ੍ਹ ਪ੍ਰਸ਼ਾਸਨ ਨੇ ਇਹਨਾਂ ਨੇ ਕੰਪਨੀ ਨੂੰ ਦੇ ਦਿੱਤਾ। ਕੰਪਨੀ ਨੇ 2 ਸਾਲ ਲਾਏ ਬਣਾਉਣ ਨੂੰ, 2006 'ਚ ਉਹਨਾਂ ਨੂੰ ਫੋਰਮਲੀ ਇਨੀਸ਼ੀਏਟ ਕਰ ਲਿਆ, 2008 ਦੇ ਅੰਦਰ ਪ੍ਰੋਜੈਕਟ ਬਣ ਗਿਆ, ਪ੍ਰੋਜੈਕਟ ਤੁਰ ਪਿਆ। 2016 'ਚ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਚੰਗਾ ਕੰਮ ਨਹੀਂ ਕਰ ਰਹੇ, ਤੁਹਾਡਾ ਪਾਰਟ ਬੜਾ ਹੋ ਗਿਆ, ਅਸੀਂ ਵੀ ਡੋਂਟ ਸੂਟ ਅਸ, ਵੀ ਹੈਵ ਟੂ ਫਾਈ, ਵਿਚ ਇਜ਼ ਗੁੱਡ। ਕੰਮ ਨਹੀਂ ਕੀਤਾ, ਪਰ ਪੁਆਇੰਟ 8 ਸਾਲ ਬਹੁਤ ਦੇਰ ਸੀਗੀ, ਜਦੋਂ ਗਲਤੀਆਂ ਦਿਖ ਰਹੀ ਸੀਗੀਆਂ, ਜਦੋਂ ਨਾਲ ਨਾਲ ਗਲਤੀਆਂ ਹੋ ਰਹੀ ਸੀਗੀਆਂ, ਉਦੋਂ ਐਕਸ਼ਨ ਲੈਣਾ ਚਾਹੀਦਾ ਸੀ। ਉਹਦੇ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਆਪ ਇਹ ਆਪਣੇ ਕੋਲ ਕਰਾਂਗੇ, ਕਿਉਂਕਿ ਹੁਣ ਪ੍ਰੋਜੈਕਟ ਦੇ ਅੰਦਰ ਇਹ ਸਮਝਣਾ ਜ਼ਰੂਰੀ ਹੈ ਕਿ ਸੈਗਰੀਗੇਸ਼ਨ ਜਿਹੜੀ ਹੈਗੀ ਹੈ ਉਹ ਸਿਟੀਜ਼ਨ ਦਾ ਕੰਮ ਹੈ, ਟਰਾਂਸਪੋਰਟੇਸ਼ਨ ਮਿਊਂਸੀਪਲ ਕੋਪਰੇਸ਼ਨ ਦਾ, ਪ੍ਰੋਸੈਸਿੰਗ ਜਿਹੜੀ ਐਂਟੀਟੀ ਉਹਦਾ। ਪ੍ਰਸ਼ਾਸਨ ਨੇ ਪਹਿਲਾਂ ਟਰਾਂਸਪੋਰਟੇਸ਼ਨ ਆਪਣੇ ਕੋਲ ਰੱਖੀ ਸੀ, ਅਤੇ JP ਜਿਹੜੇ ਕੰਪਨੀ ਸੀਗੀ ਉਹਦਾ ਆਰੋਪ ਇਹ ਸੀ ਕਿ ਜੀ ਇਹਨਾਂ ਨੇ ਜਿਹੜਾ ਟਰਾਂਸਪੋਰਟ ਕਰਕੇ ਸਾਨੂੰ ਵੇਸਟ ਦਿੱਤੀ, ਉਹ ਸੈਗਰੀਗੇਟਡ ਨਹੀਂ ਤੇ, ਅਸੀਂ ਪ੍ਰੋਸੈਸ ਕੀ ਕਰੀਏ, ਇਸ ਕਾਰਨ ਕਚਰਾ ਵੱਧ ਗਿਆ, ਸਾਡੀ ਮਸ਼ੀਨਾਂ ਚੰਗੀਆਂ, ਅਸੀਂ ਬੈਸਟ ਇਨ ਕਲਾਸ ਹੈ, ਇਹ ਕਹਾਣੀ ਉਹਨਾਂ ਦੀ ਸੀ। ਇਹਨਾਂ ਨੇ ਜਦੋਂ ਟੇਕ ਓਵਰ ਕੀਤਾ, ਇਹਨਾਂ ਨੇ ਕਿਹਾ ਜੀ ਅਸੀਂ ਆਪਾਂ ਕਰਾਂਗੇ, ਆਪਾਂ ਸਾਰੀ ਮਸ਼ੀਨਾਂ ਰਿਪੇਅਰ ਕਰਾ ਲਈਆਂ, ਅਸੀਂ ਸਾਰਾ ਕੁਝ ਫਿਕਸ ਕਰਕੇ ਇਨ ਅ ਮੈਟਰ ਆਫ ਫਿਊ ਡੇਜ਼ ਵਿਲ ਬੀ ਅਪ ਐਂਡ ਰਨਿੰਗ ਐਂਡ ਵਿਲ ਬੀ ਸੋਰਟਡ। ਉਹਦੇ ਬਾਅਦ ਇਸ ਦੇ ਦੌਰਾਨ NGT ਦੇ ਅੰਦਰ ਆਰਡਰ ਚੱਲ ਰਹੇ ਸੀ, ਅਤੇ NGT ਨੇ ਕਈ ਵਾਰ ਇਹਨਾਂ ਨੂੰ ਕਾਫੀ ਫਟਕਾਰ ਲਗਾਈ ਮਿਊਂਸੀਪਲ ਕੋਪਰੇਸ਼ਨ ਨੂੰ, ਕਈ ਹੀਅਰਿੰਗ 'ਚ ਪਹੁੰਚੇ ਨਹੀਂ, ਕੋਈ ਵੀ ਪਹੁੰਚਿਆ ਨਹੀਂ, ਤਾਂ ਉੱਥੇ ਡਿਸਿਪਲਿਨ ਕੀਤਾ ਗਿਆ। ਇੱਕ ਵਾਰ ਇਹਨਾਂ ਦੇ ਨੋਨ ਬਿਲੇਬਲ ਵਾਰੰਟ ਕਰਕੇ ਵੀ ਭੇਜੇ ਗਏ ਕਿ ਵੀ ਪੇਸ਼ੀ ਲਈ ਮੰਗਾਓ। ਇਹ 2014 ਤੋਂ 17 ਦੇ ਵਿੱਚ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ। ਹੁਣ 17, 18, 19 ਦੇ ਬਾਅਦ ਥਿੰਗਸ ਬਿਹਾਈਂਡ ਟੂ ਚੇਂਜ, NGT ਨੇ ਇਹਨਾਂ ਨੂੰ ਸਟੈਪ ਬਾਏ ਸਟੈਪ ਸਮਝਾਇਆ ਕਿ ਦੇਖੋ ਤੁਸੀਂ ਇਹ ਕਰਨਾ, ਇਵੇਂ ਕਰੋ, ਇਵੇਂ ਕਰੋ। ਇਹ ਜਦੋਂ ਹੋ ਰਿਹਾ ਸੀ, NGT ਦੇ ਡਾਇਰੈਕਸ਼ਨਸ ਆ ਗਏ ਸੀ, ਸੈਂਟਰ ਗਵਰਨਮੈਂਟ 2016 'ਚ ਇਹਨਾਂ ਨੇ ਇੱਕ ਨਵੇਂ ਕਾਨੂੰਨ ਅਪਡੇਟ ਕਰਕੇ ਪਬਲਿਸ਼ ਕਰਤੇ ਸੋਲਿਡ ਵੇਸਟ ਮੈਨੇਜਮੈਂਟ ਦੇ। ਥੋੜ੍ਹੀ ਦੇਰ ਬਾਅਦ ਉਹਨਾਂ ਨੇ ਇੱਕ ਬੜਾ ਸੋਹਣਾ ਮੈਨੂਅਲ ਕੱਢਿਆ, ਉਹ ਕਾਨੂੰਨ ਅਤੇ ਜਿਹੜਾ ਉਹ ਮੈਨੂਅਲ ਹੈ ਉਹ ਜਰਮਨ ਇੰਟਰਨੈਸ਼ਨਲ ਕੋਆਪਰੇਸ਼ਨ ਦੇ ਨਾਲ ਮੈਨੂੰ ਮਿਲ ਕੇ ਬਣਾਇਆ ਗਿਆ, ਬਹੁਤ ਹੀ ਕੰਪ੍ਰਹੈਂਸਿਵ ਮੈਨੂਅਲ ਹੈ। ਜੇ ਤੁਸੀਂ ਕਿਸੇ 10ਵੀਂ ਦੇ ਬੱਚੇ ਨੂੰ ਉਹ ਮੈਨੂਅਲ ਪਕੜਾ ਦਿਉ ਅਤੇ ਉਹਨੂੰ ਉਸ ਹਿਸਾਬ ਨਾਲ ਜੇ ਉਹ ਕੰਮ ਕਰੇ, ਉਹ ਟੂਲਸ ਉਹਨੂੰ ਦਿਉ, ਉਹ ਸਾਫ਼ ਹੋ ਜਾਏਗਾ ਇਸ਼ੂ। ਅਤੇ ਕਾਨੂੰਨ ਬਣਾਏ 16 'ਚ, ਮੈਨੂਅਲ ਬਣਾਤਾ 16 'ਚ, ਇਹਨਾਂ ਨੂੰ ਦੇ ਦਿੱਤਾ ਵੀ ਜਾਓ ਕਰੋ। ਹੁਣ ਇਹ ਸੈਕਿੰਡ ਲੇਅਰ ਆ ਰਹੀ ਹੈ, ਪਿੱਛੇ ਹੋਰ ਸੀਨ ਚੱਲ ਰਿਹਾ, ਉਹ NGT ਦੀ ਹੀਅਰਿੰਗ ਚੱਲ ਰਹੀ, NGT ਦੱਸ ਰਿਹਾ ਕਿ ਫੋਲੋ ਕਰੋ ਕਾਨੂੰਨ, ਫੋਲੋ ਕਰੋ ਕਾਨੂੰਨ, ਫੋਲੋ ਕਰੋ। ਪ੍ਰਸ਼ਾਸਨ ਉਹਨੂੰ ਕਹਿ ਰਿਹਾ ਸੀ ਕਰ ਰਹੇ ਹਾਂ ਜੀ। ਇਹ ਕਰਦੇ ਕਰਦੇ ਇੱਕ ਹੋਰ ਕੇਸ ਇਨੀਸ਼ੀਏਟ ਹੋਇਆ NGT ਦੇ ਅੰਦਰ, ਉਹ ਸੀਗਾ OA 2006/2018 ਇਸ ਦੇ ਅੰਦਰ NGT ਨੇ ਉਹ ਇੱਕ ਇਸ ਪੁਆਇੰਟ ਤੱਕ ਡਾਇਰੈਕਸ਼ਨਸ ਦੇ ਦਿੱਤੀਆਂ ਕਿ ਜਿਹੜੇ ਲੋਕ ਕਾਨੂੰਨ ਫੋਲੋ ਨਹੀਂ ਕਰ ਰਹੇ, ਜਿਹੜੇ ਆਫਿਸਰਸ ਨਹੀਂ ਕਰਨ ਦਿੰਦੇ, ਉਹਨਾਂ ਦੇ ACR ਦੇ ਅੰਦਰ ਇੰਪੈਕਟ ਡਾਲੋ, ਪਾਓ। ਹੁਣ ਇਹ ਪੁਰਾਣੀ ਬੈਕਗਰਾਊਂਡ ਤੁਹਾਨੂੰ ਸਮਝ ਆ ਗਈ, ਇੱਕ ਕੇਸ ਦੀ ਲਾਈਨ ਚੱਲ ਰਹੀ ਹੈ, ਇੱਕ ਹੋਰ ਕੇਸ ਦੀ ਲਾਈਨ ਚੱਲ ਪਈ, ਇਹ NGT ਦੀ ਸਾਈਡ ਤੋਂ ਆ ਰਹੀ ਸੀ। ਇਹਦੇ ਵਿੱਚ ਇੱਕ ਹੋਰ ਪਟੀਸ਼ਨ ਆਈ ਜਿਹੜੀ ਸੀਗੀ ਡੱਡੂ ਮਾਜਰਾ ਲਈ ਹਾਈਕੋਰਟ ਦੇ ਅੰਦਰ।
ਹਾਈ ਕੋਰਟ ਨੇ ਇਹਨਾਂ ਤੋਂ ਫਿਰ ਪੁੱਛਿਆ ਵੀ ਤੁਸੀਂ ਸਾਨੂੰ ਦੱਸੋ। ਇਹਨਾਂ ਨੇ ਹਾਈ ਕੋਰਟ ਨੂੰ ਵੀ ਇਹੋ ਜਿਹੇ ਜਵਾਬ ਦੇਣੇ ਸ਼ੁਰੂ ਕਰਤਾ ਕਿ ਅਸੀਂ ਇਹ ਵੀ ਕਰ ਰਹੇ ਹਾਂ, ਉੱਥੇ ਬੋ ਨਹੀਂ ਆਉਂਦੀ ਜੀ, ਐਫੀਡੇਵਿਟ 'ਤੇ ਲਿਖਿਆ ਕਿ ਅਸੀਂ ਏਅਰ ਕੁਆਲਿਟੀ ਚੈੱਕ ਕਰਾਈ, ਏਅਰ ਕੁਆਲਿਟੀ ਬਿਲਕੁਲ ਸਾਫ਼ ਹੈ ਜੀ, ਟੈਸਟ ਰਿਪੋਰਟਾਂ ਦੇਖ ਲਓ, ਅਸੀਂ ਤਾਂ ਮਲਬਾ ਪਾ ਰਹੇ, ਉੱਥੇ ਅੱਗ ਨਹੀਂ ਲੱਗ ਸਕਦੀ। ਹੁਣ 16 ਤੋਂ 21 ਤੱਕ ਇਹ ਸਭ ਚੱਲਦਾ ਰਿਹਾ। ਹੁਣ ਪਹਿਲਾ ਕੇਸ ਓਏ 150/2014, ਦੂਜਾ ਕੇਸ ਓਏ 606/2018, ਤੀਜਾ ਕੇਸ ਦੀਪਤੀ ਵਰਸਿਸ ਯੂਨੀਅਨ ਆਫ ਯੂਨੀਅਨ ਟੈਰੀਟਰੀ ਐਂਡ ਐਮ ਸੀ ਚੰਡੀਗੜ੍ਹ। 21 'ਚ ਮੇਰਾ ਕੇਸ ਆਇਆ 2021 'ਚ, 124/2021 ਇਹ ਸਾਡੀ ਜਿਹੜੀ PIL ਸੀ। ਹੁਣ 21 ਦੇ ਬਾਅਦ ਹਾਈ ਕੋਰਟ ਨੇ ਕਿਹਾ ਕਿ ਵੀ ਇੰਨਾ ਕੁਛ ਹੋ ਚੁੱਕਾ ਹੈ, ਤੁਸੀਂ ਇਹ ਸਾਰੇ ਸਾਨੂੰ ਐਕਸ਼ਨ ਟੇਕਨ ਰਿਪੋਰਟ ਦਿਖਾਓ ਕਿ ਗਰਾਊਂਡ 'ਤੇ ਕੀ ਫਰਕ ਪਏਗਾ। ਇਹਨਾਂ ਨੇ ਕਿਹਾ ਜੀ ਸੇਮ ਕਹਾਣੀ, ਜਿਹੜੀ ਪਹਿਲੇ ਕੇਸ ਦਿੱਤੀ, ਦੂਜੇ ਕੇਸ ਦਿੱਤੀ, ਤੀਜੇ ਕੇਸ ਦਿੱਤੀ, ਸਾਰੇ ਚੀਜ਼ਾਂ ਸ਼ੁਰੂ ਕਰਤੀ। ਅਸੀਂ ਫਰਕ ਕੀ ਪਾਇਆ? ਅਸੀਂ ਉਹ ਜਾ ਕੇ ਗਰਾਊਂਡ 'ਤੇ ਚੈੱਕ ਕਰਨੇ ਸ਼ੁਰੂ ਕਰਤੀ ਚੀਜ਼ਾਂ। ਅਸੀਂ ਕਿਹਾ ਤੁਸੀਂ, ਇਹਨਾਂ ਨੇ ਕਿਹਾ ਐਫੀਡੇਵਿਟ 'ਤੇ ਇਹ ਅਸੀਂ ਕਰ ਰਹੇ ਹਾਂ, ਅਸੀਂ ਗਰਾਊਂਡ 'ਤੇ ਚਲੇ ਗਏ। ਦੂਜੀ ਇਹਨਾਂ ਨੇ 15 ਚੀਜ਼ਾਂ ਕਹੀਆਂ, ਅਸੀਂ 15 ਚੀਜ਼ਾਂ ਚੈੱਕ ਕਰਨ ਚਲੇ ਗਏ, ਉਹ 15 ਚੀਜ਼ਾਂ ਨਹੀਂ ਸੀ। ਸੁਣਵਾਈ ਵਿੱਚ ਕੀ ਉਮੀਦ ਰੱਖ ਰਹੇ ਹੋ ਪੰਜਾਬ ਹਰਿਆਣਾ ਹਾਈ ਕੋਰਟ? ਸਾਨੂੰ ਜੀ ਓਨਰੇਬਲ ਕੋਰਟ ਨੇ ਕਿਹਾ ਕਿ ਤੁਸੀਂ ਸਲਿਊਸ਼ਨਸ ਲਿਆਓ, ਸਿਟੀਜ਼ ਦਿਖਾਓ ਜਿਹੜੀਆਂ ਨੇ ਫੋਲੋ ਕੀਤਾ ਹੈ, ਅਸੀਂ ਉਹ ਕੱਢ ਲਈਆਂ, ਕਾਫੀ ਸਿਟੀਜ਼ ਆ ਗਈਆਂ। ਪਿਛਲੇ ਜੋ ਮੇਰੇ ਕੁਲੀਗ ਐਡਵੋਕੇਟ ਸੀ ਜਿਨ੍ਹਾਂ ਨੇ ਸਬਮਿਟ ਕੀਤੀ ਸੀ ਕਿ ਉਹਨਾਂ ਦੇ ਕੋਲ ਐਕਸਪਰਟ ਵੀ ਸੀਗੇ, ਮੈਂ ਕੁਛ ਹੋਰ ਸਿਟੀਜ਼ ਕੱਢੀਆਂ, ਰਿਪੋਰਟਸ ਕੱਢੀਆਂ, ਅਤੇ ਅਸੀਂ ਹੁਣ ਮੰਡੇ ਹੇਅਰਿੰਗ ਹੈ ਕਮਿੰਗ ਮੰਡੇ, ਅਤੇ ਅਸੀਂ ਕੋਰਟ ਨੂੰ ਦੇ ਦਾਂਗੇ ਰਿਪੋਰਟਸ ਜਿਹੜੀਆਂ। ਹੁਣ ਉਹਦੇ ਬਾਅਦ ਓਨਰੇਬਲ ਕੋਰਟ ਡਿਸਾਈਡ ਕਰੇਗੀ ਕਿ ਉਹਨਾਂ ਨੇ ਕਿਵੇਂ ਇਹਨਾਂ ਤੋਂ ਇਹ ਕੰਮ ਕਰਾਉਣਾ ਹੈ, ਕਿਉਂਕਿ ਸਿਟੀਜ਼ ਦਾ ਵੱਖਰੀਆਂ ਸਿਟੀਜ਼ ਦੇ ਅੰਦਰ ਜਿਹੜੀ ਚੀਜ਼ ਹੋਈ ਹੈ ਉਹ ਸੈਕੰਡਰੀ ਹੈ। ਕੁਐਸਚਨ ਇਹ ਹੈ ਕਿ ਕਾਨੂੰਨ ਦਿੱਤਾ ਹੋਇਆ, ਕਾਨੂੰਨ ਨੂੰ ਇੰਪਲੀਮੈਂਟ ਕਿਵੇਂ ਕੀਤਾ, ਇਹ ਦਿੱਤਾ ਹੋਇਆ, ਪ੍ਰਸ਼ਾਸਨ ਨੇ ਸਿਰਫ ਫੋਲੋ ਕਰਨਾ। ਤਾਂ ਅਸੀਂ ਸਾਡੇ ਨਾਲ ਐਡਵੋਕੇਟ ਅਮਿਤ ਜੀ ਜੋ ਇਹ ਕੇਸ ਨੂੰ ਦੇਖ ਰਹੇ ਨੇ, ਅਤੇ ਜੇ ਗੱਲ ਕੀਤੀ ਜਾਵੇ ਤਾਂ ਅਸੀਂ ਹਾਲਾਤ ਉੱਥੋਂ ਦੇ ਤੁਹਾਨੂੰ ਦਿਖਾਏ, ਅਤੇ ਦੂਜੇ ਪਾਸੇ ਕਾਨੂੰਨੀ ਉਸਦਾ ਕੀ ਪੱਖ ਹੈ ਉਹ ਤੁਹਾਨੂੰ ਦਿਖਾਇਆ। ਤਾਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਦੇ ਉੱਤੇ, ਚੰਦ ਦੇ ਉੱਤੇ ਕਿੰਨਾ ਵੱਡਾ ਦਾਗ ਹੈ, ਟੱਡੂ ਮਾਜਰਾ ਦੇ ਵਿੱਚ ਪਏ ਢੇਰ ਦਾ, ਪਹਾੜਾਂ ਦਾ, ਕੂੜੇ ਦਿਆਂ ਦਾ, ਅਤੇ ਲੋਕਾਂ ਦੇ ਕੀ ਹਾਲਾਤ ਨੇ ਉਹਦਾ ਨਾਲ ਵੀ ਤੁਹਾਨੂੰ ਅਸੀਂ ਜਾਣੂ ਕਰਵਾਇਆ। ਕੈਮਰਾ ਪਰਸਨ ਸੁਖਜਿੰਦਰ ਦੇ ਨਾਲ ਮੈਂ ਇੰਦਰ ਸਿੱਧੂ, ਵਰਲਡ ਪੰਜਾਬੀ TV ਚੰਡੀਗੜ੍ਹ। ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਜੇ ਗੱਲ ਕੀਤੀ ਜਾਵੇ ਤਾਂ ਹਰ ਪੰਜਾਬੀ ਦੇ ਲਈ ਚੰਡੀਗੜ੍ਹ ਕੈਨੇਡਾ ਵਰਗਾ ਹੈ, ਤੇ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਰਹੀਏ, ਕਿਉਂਕਿ ਇੱਥੋਂ ਦੀਆਂ ਸੜਕਾਂ, ਇੱਥੋਂ ਦਾ ਮਾਹੌਲ ਇੰਨਾ ਸੋਹਣਾ ਹੈ ਕਿ ਹਰ ਕੋਈ ਇੱਥੋਂ ਪ੍ਰਭਾਵਿਤ ਹੁੰਦਾ ਹੈ। ਜੇ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਨੂੰ ਬਿਊਟੀਫੁੱਲ ਸਿਟੀ ਕਿਹਾ ਜਾਂਦਾ ਹੈ, ਤੇ ਇੱਥੋਂ ਦੀਆਂ ਸੜਕਾਂ ਨੇ ਜੋ ਉਹ ਵੀ ਬਹੁਤ ਸੋਹਣੀਆਂ ਨੇ, ਤੇ ਇੱਥੋਂ ਦੇ ਘਰਾਂ ਤੋਂ ਲੈ ਕੇ, ਸੜਕਾਂ ਤੋਂ ਲੈ ਕੇ ਚੰਡੀਗੜ੍ਹ ਦੀ ਲੇਕ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੇ ਏਰੀਏ ਦੀ ਗੱਲ ਕਰੀਏ ਤਾਂ ਹਰ ਇੱਕ ਨੂੰ ਬੜਾ ਮਨ ਭਾਉਂਦਾ ਏ, ਪਰ ਕਿਤੇ ਨਾ ਕਿਤੇ ਜਿੱਥੇ ਮਨ ਭਾਉਂਦਾ ਏ ਉੱਥੇ ਕੁਝ ਅਜਿਹੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਾਂ। ਤਾਂ ਚੰਡੀਗੜ੍ਹ ਦੀਆਂ ਸੋਹਣੀਆਂ ਸੋਹਣੀਆਂ ਸੜਕਾਂ ਅਤੇ ਚੰਡੀਗੜ੍ਹ ਦੇ ਹਰਿਆਲੀ ਭਰਿਆ ਮੌਸਮ ਦੇ ਨਾਲ ਅੱਜ ਤੁਹਾਨੂੰ ਕੁਝ ਹੋਰ ਚੀਜ਼ਾਂ ਵੀ ਦਿਖਾਵਾਂਗੇ ਜਿਹੜੀਆਂ ਤੁਸੀਂ ਚੰਡੀਗੜ੍ਹ ਦੇ ਬਾਰੇ ਕਦੇ ਸੋਚੀਆਂ ਨਹੀਂ ਹੋਣੀਆਂ।